ਤੁਸੀਂ ਹਿੰਦੂਆਂ ਦੀ ਤਾਰੀਖ ਪੜ੍ਹ ਕੇ ਵੇਖ ਲਓ, ਸਾਡੇ ਪੜੋਸ ਵਿੱਚ ਰਹਿੰਦੇ ਹਿੰਦੁਸਤਾਨ ਹੈ, ਇੰਡੀਆ ਭਾਰਤ ਦੇ ਅੰਦਰ, ਪਾਕਿਸਤਾਨ ਵਿੱਚ ਕੋਈ ਹਿੰਦੂ ਹੋਣੇ ਨੇ, ਉਹ ਆਪਣੇ ਮੁਰਦੇ ਨੂੰ ਸਾੜ ਛੱਡਦੇ ਨੇ, ਅੱਗ ਲਾਉਂਦੇ ਨੇ, ਉਹਨਾਂ ਦੇ ਇੱਕ ਆਪਣਾ ਜ਼ੇਨ ਨਜ਼ਰੀਆ ਜੋ ਵੀ ਸੋਚ ਉਹਨਾਂ ਦਾ ਕੰਮ ਕਰਦੀ ਹੈ, ਉਹ ਕਿਉਂ ਸਾੜਦੇ ਨੇ ਇਹ ਉਹ ਬਿਹਤਰ ਜਾਣਦੇ ਨੇ। ਸਾਡਾ ਇਸਲਾਮ ਮੰਨਦਾ ਵੀ ਮੁਰਦੇ ਨੂੰ ਸਾੜਨਾ ਨਹੀਂ, ਸਾਡਾ ਇਸਲਾਮ ਮੰਨਦਾ ਮੁਰਦੇ ਨੂੰ ਧੱਕਾ ਵੀ ਦੇਣਾ, ਮੁਰਦੇ ਦੀ ਮੰਜੀ ਜ਼ੋਰ ਨਾਲ ਚੁੱਕਣੀ ਵੀ, ਜ਼ੋਰ ਨਾਲ ਰੱਖਣੀ ਵੀ, ਉਹਨੂੰ ਤਕਲੀਫ ਨਹੀਂ ਦੇਣੀ। ਫਰਮਾਇਆ ਹਜ਼ੂਰ ਫਰਮਾਉਂਦੇ ਨੇ ਮੁਰਦੇ ਨੂੰ ਇੰਝ ਤਕਲੀਫ ਹੁੰਦੀ ਹੈ ਜਿਵੇਂ ਜ਼ਿੰਦਾ ਨੂੰ ਹੁੰਦੀ ਹੈ। ਹਜ਼ੂਰ ਤੇ ਇੱਥੋਂ ਤੱਕ ਤਾਲੀਮ ਫਰਮਾਈ ਕਿ ਕਬਰ ਦੇ ਉੱਤੇ ਪੈਰ ਵੀ ਨਹੀਂ ਰੱਖਣਾ, ਕਬਰ ਦੇ ਉੱਤੇ ਵਜ਼ਨ ਵੀ ਨਹੀਂ ਪਾਉਣਾ, ਯਾਨੀ ਕਿ ਇਸ ਹਿਸਾਬ ਨਾਲ ਕਬਰਸਤਾਨ ਵਿੱਚ ਨਾ ਚੱਲੋ ਕਿ ਤੁਸੀਂ ਕਬਰਾਂ ਫਲਾਂਕ ਫਲਾਂਕ ਕੇ ਜਾਓ। ਫਰਮਾਇਆ ਜਿਵੇਂ ਜ਼ਿੰਦਾ ਨੂੰ ਤਕਲੀਫ ਹੁੰਦੀ ਹੈ ਜੀ, ਮੁਰਦੇ ਨੂੰ ਵੀ ਹੁੰਦੀ ਹੈ, ਉਹ ਵੀ ਮਹਿਸੂਸ ਕਰਦਾ, ਦਰਦ ਮਹਿਸੂਸ ਕਰਦਾ, ਤਕਲੀਫ ਮਹਿਸੂਸ ਕਰਦਾ, ਫਿਰ ਅਫਸੋਸ ਕਰਦਾ ਕਿ ਅੱਜ ਤੂੰ ਟਹਿਲ ਟਹਿਲ ਕੇ ਚੱਲ ਰਿਹਾ ਮੇਰੇ 'ਤੇ, ਇੱਕ ਵਕਤ ਆਉਣ ਵਾਲਾ ਤੂੰ ਵੀ ਮੇਰੇ ਨਾਲ ਦਾ ਹੀ ਹੋ ਜਾਣਾ ਹੈ। ਫਿਰ ਉਹ ਦੱਸਦਾ, ਆਵਾਜ਼ ਦਿੰਦਾ, ਹਜ਼ੂਰ ਫਰਮਾਉਂਦੇ ਨੇ 40 ਦਫ਼ਾ ਇੱਕ ਦਿਨ ਵਿੱਚ 40 ਦਫ਼ਾ ਤਾਂ ਕਬਰ ਪੁਕਾਰਦੀ ਹੈ ਬੰਦੇ ਨੂੰ, ਇੱਥੋਂ ਵੀ ਮਾਲ ਆਰਾਮ ਦਾ ਇਕੱਠਾ ਕਰ ਲਈ, ਇਹਦੇ ਨਾਲ ਵੀ ਦਗਾ ਫਰਾਡ ਕਰ ਲਈ, ਇੱਥੋਂ ਵੀ ਕਰ ਲਈ, ਇੱਥੋਂ ਵੀ ਪੈਸੇ ਮਾਰ ਲੈਣੀ, ਇੱਧਰ ਵੀ ਝੂਠ ਬੋਲ ਲਈ, ਇੱਧਰ ਵੀ ਗਿੱਬਤ ਕਰ ਲਈ, ਆ ਵੀ ਚੁਗਲੀ ਚਾ ਲਈ, ਆ ਅਤੇ ਇੱਕ ਵਕਤ ਆਉਣ ਵਾਲਾ ਬੜੀ ਜਲਦੀ ਤੂੰ ਮੇਰੇ ਕੋਲ ਆਉਣ ਵਾਲਾ, ਫਿਰ ਮੈਂ ਤੇਰੇ ਕੋਲ ਹਿਸਾਬ ਲਵਾਂਗੀ। ਇਹ ਕਬਰ ਦੀ ਪੁਕਾਰ ਹੁੰਦੀ। ਤੋ ਹਜ਼ੂਰ ਵਾਲੇ ਸਲਾਤੋ ਸਲਾਮ ਨੇ ਜਿਹੜੀ ਤਾਲੀਮ ਦਿੱਤੀ, ਹਜ਼ੂਰ ਵਾਲੇ ਸਲਾਤੋ ਸਲਾਮ ਨੇ ਸਾਨੂੰ ਦੱਸਿਆ, ਦੀਨ ਦੱਸਿਆ, ਸ਼ਰੀਅਤ ਦੱਸੀ, ਅਤੇ ਸ਼ਰੀਅਤ ਦੇ ਅਸੂਲ ਨੇ ਕਿ ਬੰਦਾ ਸਾਡਾ ਮਰ ਜਾਏ ਅਤੇ ਅਸੀਂ ਉਹਨੂੰ ਬੇਯਾਰੋ ਮਦਦਗਾਰ ਛੱਡਦੇ, ਉਹ ਮੀਆਂ ਵੱਖਰੀ ਗੱਲ ਹੈ, ਜ਼ਿੰਦਗੀ 'ਚ ਨਾ ਪੁੱਛਿਆ ਹੋਵੇ, ਉਹਦੀ ਦਾਦ ਰਸੀ ਨਾ ਕੀਤੀ ਹੋਵੇ, ਉਹਦੀ ਹਾਲਤ ਨਾ ਜਾਣੀ ਹੋਵੇ, ਉਹਦੇ ਨਾਲ ਪਿਆਰ ਅਤੇ ਮੁਹੱਬਤ ਅਤੇ ਸ਼ਫਕਤ ਨਾ ਕੀਤੀ ਹੋਵੇ, ਲੇਕਿਨ ਜਿਵੇਂ ਮਰ ਜਾਂਦਾ ਫਿਰ ਫੁੱਲ ਵੀ ਪਾ ਦਿੰਦੇ ਹਾਂ, ਚਿੱਟਾ ਲੱਠੇ ਦਾ ਕੱਪੜਾ ਲਿਆ ਕੇ ਵੀ ਉਹਨੂੰ ਪਾ ਦਿੰਦੇ ਹਾਂ, ਸੋਹਣੀ ਉੱਤੇ ਚਾਦਰ ਵੀ ਉੱਤੇ ਵਿਛਾ ਦਿੰਦੇ ਹਾਂ, ਅਤੇ ਆਰਾਮ ਨਾਲ ਮੰਜੀ ਚੁੱਕ ਕੇ ਅਤੇ ਕੰਧਿਆਂ 'ਤੇ ਚੁੱਕਦੇ ਹਾਂ, ਕੰਧਿਆਂ 'ਤੇ ਮੋਢਿਆਂ 'ਤੇ ਚੁੱਕ ਲੈਂਦੇ ਹਾਂ। ਅਜ ਜਿਵੇਂ ਕੋਈ ਬੰਦਾ ਜਿੱਤ ਜਾਏ ਨਾ, ਕੋਈ ਮੈਚ ਦੇ ਅੰਦਰ ਜਿੱਤ ਕੇ ਆਵੇ, ਜਾਂ ਕੋਈ ਕਾਮਯਾਬੀ ਕਿਸੇ ਨੂੰ ਮਿਲੇ, ਤਾਂ ਉਹਦੇ ਯਾਰ ਬੇਲੀ ਉਹਨੂੰ ਮੋਢਿਆਂ 'ਤੇ ਚੁੱਕ ਲੈਂਦੇ ਨੇ, ਮੋਢਿਆਂ 'ਤੇ, ਇਹ ਖੁਸ਼ੀ ਦਾ ਇੱਕ ਸਮਾਂ ਹੁੰਦਾ ਮੋਢਿਆਂ 'ਤੇ ਚੁੱਕ ਲੈਣਾ, ਕਾਮਯਾਬੀ ਦੀ ਦਲੀਲ ਹੁੰਦੀ ਹੈ ਜਾਂ ਐਲਾਨ ਹੁੰਦਾ ਕਿ ਅਸੀਂ ਕਾਮਯਾਬ ਹੋ ਗਏ ਹਾਂ। ਅਸੀਂ ਉਸ ਸ਼ਖਸ ਨੂੰ, ਆਪਣੇ ਮੁਰਦੇ ਨੂੰ, ਉਸ ਫੋਤ ਸ਼ੁਦਾ ਨੂੰ ਅਸੀਂ ਮੋਢਿਆਂ 'ਤੇ ਚੁੱਕ ਲੈਂਦੇ ਹਾਂ। ਇਹ ਸਾਰੀ ਇੱਜ਼ਤ ਜ਼ਿੰਦਗੀ 'ਚ ਭਾਵੇਂ ਮਿਲੀ ਹੈ ਜਾਂ ਨਹੀਂ ਮਿਲੀ, ਬਾਅਦ ਮਰਗ ਜਦੋਂ ਇੱਜ਼ਤ ਮਿਲੀ ਹੈ, ਇਹ ਸਦਕਾ ਹਜ਼ੂਰ ਅਲੈਹਿਸਲਾਤੁ ਵਸਸਲਾਮ ਦੇ ਦੀਨ ਦਾ ਹੈ।